सत श्री अकाल। मैं वीटी गुरविंदर सिंह सरकारी सीनियर सैकेंडरी स्कूल सहौड़ा विखे निजी सुरक्षा की वोकेशनल ट्रेनिंग दिंदा हाँ। अज आपां गल करते हाँ लैवल 4 दे यूनिट 5 बारी नज़रसानी सुरक्षा प्रबंध राही सुरक्षा। इंग्लिश विच आपां नूं सर्विलेंस एंड प्रोटेक्शन सिस्टम भी कह देंदे हाँ। किसी संस्था या अदारे दे विच विजिटरां दे आउण जाण दी गिणती बहुत ही ज़्यादा हुंदी है अते कई संस्थावां विच विजिटरां दी गिणती घट हुंदी है। इस विच अलग अलग प्रकार दे विजिटर हुंदे हन। कई विजिटर रोज़ आउंदे हन ते कई कदे कदे ही आउंदे हन। इस प्रकार अलग अलग विजिटरां दे नाल अलग अलग तरह दा सुभाअ हुंदा है। इस दे नाल सुरक्षा कर्मचारी नूं हरेक दे नाल अलग तरह दा वर्ताव करना पैंदा है ते उहनां दे दिलचस्पी बारे जानना पैंदा है। अज आपां गल करदे हाँ कि सुरक्षा कर्मचारी किद्दां इहनां सारिआं दे नाल वर्ताव करदा है ते किद्दां इहनां नूं कंट्रोल करदा है। कई वार ਇਹੋ ਜਿਹੇ ਵਿਜ਼ਟਰਾਂ ਦੇ ਵਿੱਚ ਇਹ ਵਿਜ਼ਟਰ ਵੀ ਆ ਜਾਂਦੇ ਹਨ ਜੋ ਸੰਸਥਾ ਦੇ ਲਈ ਖਤਰੇ ਦਾ ਕਾਰਨ ਬਣ ਸਕਦੇ ਹਨ। ਇਸ ਕਰਕੇ ਸੁਰੱਖਿਆ ਕਰਮਚਾਰੀ ਨੂੰ ਵਿਜ਼ਟਰਾਂ ਦੇ ਪ੍ਰਤੀ ਬਹੁਤ ਜ਼ਿਆਦਾ ਹੀ ਸਾਵਧਾਨ ਰਹਿਣਾ ਪੈਂਦਾ ਹੈ। ਸੰਸਥਾ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਹਨ ਜੋ ਵਿਜ਼ਟਰ ਦੀ ਜਾਣ ਪਛਾਣ ਤੋਂ ਸ਼ੁਰੂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਉਹਨਾਂ ਦੇ ਨਿੱਜੀ ਵੇਰਵੇ ਬਾਰੇ ਲਿਖਿਆ ਜਾਂਦਾ ਹੈ ਅਤੇ ਉਹਨਾਂ ਦੇ ਆਉਣ ਦਾ ਉਦੇਸ਼ ਵੀ ਪੁੱਛਿਆ ਜਾਂਦਾ ਹੈ। ਫਿਰ ਉਹਨਾਂ ਦਾ ਨਾਮ ਅੰਦਰ ਜਾਣ ਵਾਲੀ ਸੂਚੀ ਵਿੱਚ ਦਰਜ ਕੀਤਾ ਜਾਂਦਾ ਹੈ। ਇਸ ਨੂੰ ਆਪਾਂ ਵਿਜ਼ਿਟਰ ਦੀ ਰਜਿਸਟ੍ਰੇਸ਼ਨ ਵੀ ਕਹਿ ਦਿੰਦੇ ਹਾਂ ਜੋ ਕਿ ਅਲੱਗ ਅਲੱਗ ਪ੍ਰਕਾਰ ਕੀਤੀ ਜਾਂਦੀ ਹੈ। ਪਹਿਲਾਂ ਵਾਲੇ ਸਮੇਂ ਵਿੱਚ ਇਹ ਰਜਿਸਟ੍ਰੇਸ਼ਨ ਇੱਕ ਨੋਟਬੁੱਕ 'ਤੇ ਕੀਤੀ ਜਾਂਦੀ ਸੀ ਪਰ ਅੱਜ ਕੱਲ੍ਹ ਟੈਕਨੋਲੋਜੀ ਦੀ ਮਦਦ ਦੇ ਨਾਲ ਇਸ ਨੂੰ ਔਨਲਾਈਨ ਵੀ ਕੀਤਾ ਜਾਂਦਾ ਹੈ ਅਤੇ ਇਸ ਨੂੰ ਕਾਫੀ ਲੰਬੇ ਸਮੇਂ ਤੱਕ ਸਟੋਰ ਵੀ ਰੱਖ ਸਕਦੇ ਹਾਂ। ਇਹ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੋਣ ਦੇ ਬਾਅਦ ਹੀ ਵਿਜ਼ਟਰ ਨੂੰ ਅੰਦਰ ਦਾਖਲ ਹੋਣ ਦੀ ਆਗਿਆ ਦਿੱਤੀ ਜਾਂਦੀ ਹੈ। ਇਸ ਵਿੱਚ ਸਾਰਾ ਵੇਰਵਾ ਲਿਖਿਆ ਜਾਂਦਾ ਹੈ ਕਿ ਵਿਜ਼ਟਰ ਕਿਸ ਨੂੰ ਮਿਲਣ ਆਇਆ ਹੈ ਅਤੇ ਕਿਸ ਕੰਮ ਦੇ ਲਈ ਆਇਆ ਹੈ ਅਤੇ ਉਸਨੇ ਅਦਾਰੇ ਦੇ ਵਿੱਚ ਕਿੰਨੇ ਸਮੇਂ ਦੇ ਲਈ ਰੁਕਣਾ ਹੈ। ਇਹ ਕੰਮ ਨੂੰ ਸਰਲ ਤਰੀਕੇ ਦੇ ਨਾਲ ਚਲਾਉਣ ਦੇ ਲਈ ਜੋ ਰੋਜ਼ ਦੇ ਵਿਜ਼ਟਰ ਹੁੰਦੇ ਹਨ ਉਹਨਾਂ ਦਾ ਇੱਕ ਪੱਕਾ ਆਇਡੈਂਟੀ ਕਾਰਡ ਬਣਿਆ ਹੁੰਦਾ ਹੈ ਅਤੇ ਜੋ ਵਿਜ਼ਟਰ ਕਦੇ ਕਦੇ ਆਉਂਦੇ ਹਨ ਉਹਨਾਂ ਨੂੰ ਇੱਕ ਵਿਜ਼ਟਰ ਪਾਸ ਇਸ਼ੂ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਅਦਾਰੇ ਦੇ ਵਿੱਚ ਕੋਈ ਪੁੱਛਗਿੱਛ ਹੁੰਦੀ ਹੈ ਤਾਂ ਉਹ ਆਪਣਾ ਵਿਜ਼ਟਰ ਪਾਸ ਦਿਖਾ ਕੇ ਸਾਰੀ ਜਾਣਕਾਰੀ ਦੇ ਸਕਦੇ ਹਨ। ਇਸ ਦੇ ਨਾਲ ਅਣਸੁਖਾਵੀਆਂ ਘਟਨਾਵਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵਿਜ਼ਟਰ ਵੱਲੋਂ ਦਿੱਤੀ ਗਈ ਸੂਚਨਾ ਨੂੰ ਦਰਜ ਕਰਨਾ। ਵਿਜ਼ਟਰ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਿਜ਼ਟਰ ਕੀ ਹੁੰਦਾ ਹੈ। ਵਿਜ਼ਟਰ ਉਹ ਵਿਅਕਤੀ ਹੁੰਦਾ ਹੈ ਜੋ ਅਦਾਰੇ ਦੇ ਵਿੱਚ ਕਿਸੇ ਕੰਮ ਦੇ ਲਈ ਆਉਂਦਾ ਹੈ ਜਾਂ ਕਿਸੇ ਸੂਚਨਾ ਲੈਣ ਦੇ ਸੰਬੰਧੀ ਆਉਂਦਾ ਹੈ ਉਸ ਨੂੰ ਆਪਾਂ ਵਿਜ਼ਟਰ ਕਹਿੰਦੇ ਹਾਂ। ਇਸ ਕੋਲ ਕੀ ਸੂਚਨਾ ਹੁੰਦੀ ਹੈ? ਵਿਜ਼ਟਰ ਕੋਲ ਅਲੱਗ ਅਲੱਗ ਪ੍ਰਕਾਰ ਦੀ ਸੂਚਨਾ ਹੁੰਦੀ ਹੈ ਕਿ ਉਸਦਾ ਨਾਮ, ਉਸਦਾ ਪਤਾ, ਉਸਦਾ ਫੋਨ ਨੰਬਰ, ਉਸਦਾ ਕੋਈ ਆਧਾਰ ਕਾਰਡ ਦਾ ਨੰਬਰ, ਸਾਰਾ ਵੇਰਵਾ ਹੁੰਦਾ ਹੈ ਅਤੇ ਉਸ ਕੋਲ ਇਹ ਵੀ ਸੂਚਨਾ ਹੁੰਦੀ ਹੈ ਕਿ ਉਹ ਕਿਸ ਕੋਲ ਆਇਆ ਅਤੇ ਕਿਸ ਕੰਮ ਦੇ ਲਈ ਉਹ ਅਦਾਰੇ ਦੇ ਵਿੱਚ ਮਿਲਣ ਆਇਆ ਹੈ। ਇਹ ਸਾਰੀ ਸੂਚਨਾ ਵਿਜ਼ਟਰ ਬੁੱਕ ਦੇ ਵਿੱਚ ਰਿਕਾਰਡ ਕੀਤੀ ਜਾਂਦੀ ਹੈ ਤਾਂ ਜੋ ਅੱਗੇ ਲੋੜ ਪੈਣ 'ਤੇ ਇਹ ਕੰਮ ਆ ਸਕੇ। ਵਿਜ਼ਟਰਾਂ ਨੂੰ ਆਮ ਤੌਰ 'ਤੇ ਦੋ ਪ੍ਰਕਾਰ ਦੇ ਵਿੱਚ ਵੰਡਿਆ ਗਿਆ ਹੈ। ਸੂਚੀ ਵਿੱਚ ਪਹਿਲਾਂ ਤੋਂ ਹੀ ਦਰਜ ਕੀਤੇ ਗਏ ਵਿਜ਼ਟਰ, ਇਹ ਉਹ ਵਿਜ਼ਟਰ ਹੁੰਦੇ ਹਨ ਜਿਨ੍ਹਾਂ ਦੇ ਆਉਣ ਦਾ ਪਤਾ ਆਉਣ ਬਾਰੇ ਨਿੱਜੀ ਸੁਰੱਖਿਆ ਕਰਮਚਾਰੀ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਹੁੰਦੀ ਹੈ। ਅਜਿਹੇ ਵਿਜ਼ਟਰਾਂ ਤੋਂ ਸੰਸਥਾ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਅਤੇ ਕੋਈ ਵੀ ਖਤਰਾ ਨਹੀਂ ਹੁੰਦਾ। ਇਸ ਦੇ ਲਈ ਸੁਰੱਖਿਆ ਕਰਮਚਾਰੀ ਅਜਿਹੇ ਵਿਜ਼ਟਰਾਂ ਦੀ ਇਨਫੋਰਮੇਸ਼ਨ ਲੈਣ ਤੋਂ ਢਿੱਲ ਵਰਤਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਸੂਚੀ ਵਿੱਚ ਦਰਜ ਨਾ ਹੋਏ ਵਿਜ਼ਟਰ, ਇਹ ਉਹ ਵਿਜ਼ਟਰ ਹੁੰਦੇ ਹਨ ਜਿਨ੍ਹਾਂ ਦੇ ਆਉਣ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਇਹ ਵਿਜ਼ਟਰ ਅਚਾਨਚਕ ਹੀ ਆ ਜਾਂਦੇ ਹਨ। ਅਜਿਹੇ ਵਿਜ਼ਟਰਾਂ ਦਾ ਵੇਰਵਾ ਲੈਣਾ ਅਤੇ ਇਹਨਾਂ ਦੀ ਜਾਣਕਾਰੀ ਇਕੱਠੀ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਇਹਨਾਂ ਤੋਂ ਸੰਸਥਾਵਾਂ ਨੂੰ ਖਤਰੇ ਦੇ ਚਾਂਸਿਸ ਵੱਧ ਹੁੰਦੇ ਹਨ। ਇੱਕ ਸੰਸਥਾ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਵਿਜ਼ਟਰ ਆਉਂਦੇ ਹਨ ਅਤੇ ਉਹਨਾਂ ਦਾ ਸੁਭਾਅ ਵੀ ਅਲੱਗ ਅਲੱਗ ਹੁੰਦਾ ਹੈ। ਇਸ ਦੇ ਲਈ
ਸੁਰੱਖਿਆ ਅਧਿਕਾਰੀ ਨੂੰ ਉਹਨਾਂ ਦੇ ਪ੍ਰਬੰਧ ਬਾਰੇ ਆਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੇ ਲਈ ਆਪਾਂ ਹੁਣ ਡਿਸਕਸ ਕਰਦੇ ਹਾਂ ਵਿਜ਼ਟਰ ਪ੍ਰਬੰਧਨ, ਜਿਸ ਦੀ ਲੋੜ ਇੱਕ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਬਹੁਤ ਹੀ ਜ਼ਿਆਦਾ ਹੁੰਦੀ ਹੈ। ਵਿਜ਼ਟਰ ਪ੍ਰਬੰਧ ਦੇ ਨਾਲ ਸੁਰੱਖਿਆ 'ਤੇ ਕੋਈ ਵੀ ਅਸਰ ਨਹੀਂ ਪੈਂਦਾ, ਸਗੋਂ ਇਸ ਦੇ ਨਾਲ ਅਦਾਰੇ ਨੂੰ ਵੱਧ ਫਾਇਦੇ ਹੁੰਦੇ ਹਨ। ਵਿਸ਼ੇਸ਼ ਪ੍ਰਕਾਰ ਦੇ ਦਰਸ਼ਕ ਪ੍ਰਬੰਧ ਦੇ ਨਾਲ ਅਲੱਗ ਅਲੱਗ ਤਰ੍ਹਾਂ ਦੇ ਵੇਰਵੇ ਦਰਜ ਕਰਨ ਵਿੱਚ ਮਦਦ ਮਿਲਦੀ ਹੈ, ਅਤੇ ਇਸ ਵੇਰਵੇ ਦੇ ਨਾਲ ਆਪਾਂ ਨੂੰ ਹੋਰ ਚੀਜ਼ਾਂ ਲੱਭਣ ਅਤੇ ਦਰਸ਼ਕ ਵੱਲੋਂ ਅਦਾਰੇ ਦੇ ਅਹਾਤੇ ਵਿੱਚ ਰਹਿਣ ਦਾ ਸਮਾਂ ਆਦਿ ਪ੍ਰਬੰਧ ਕਰਨ ਦਾ ਵੀ ਵੇਰਵਾ ਮਿਲਦਾ ਹੈ। ਵਿਜ਼ਟਰ ਪ੍ਰਬੰਧ ਦਾ ਫਾਇਦਾ ਇਹ ਹੁੰਦਾ ਹੈ ਕਿ ਆਪਣੇ ਕੋਲ ਵਿਜ਼ਟਰਾਂ ਦੀ ਸਾਰੀ ਜਾਣਕਾਰੀ ਹੁੰਦੀ ਹੈ ਅਤੇ ਲੋੜ ਪੈਣ ਸਮੇਂ ਆਪਣੇ ਉਹ ਕੰਮ ਆ ਸਕਦੀ ਹੈ, ਅਤੇ ਇਸ ਦੇ ਨਾਲ ਸੁਰੱਖਿਆ ਖਾਮੀਆਂ ਦੇ ਵਿੱਚ ਵੀ ਆਪਾਂ ਨੂੰ ਜਾਣਕਾਰੀ ਮਿਲਦੀ ਹੈ, ਅਤੇ ਆਪਾਂ ਉਸ ਦੀ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਸੁਰੱਖਿਆ ਖਾਮਿਆਂ ਨੂੰ ਦੂਰ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ। ਦਰਸ਼ਕ ਪ੍ਰਬੰਧਨ ਕਰਨ ਦੇ ਅਲੱਗ ਅਲੱਗ ਮੈਥਡ ਹੁੰਦੇ ਹਨ, ਪਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਇਲੈਕਟ੍ਰੋਨਿਕ ਦਰਸ਼ਕ ਪ੍ਰਬੰਧਨ ਬਹੁਤ ਹੀ ਜ਼ਿਆਦਾ ਚੱਲ ਰਿਹਾ ਹੈ, ਅਤੇ ਇਹ ਬਹੁਤ ਹੀ ਜ਼ਿਆਦਾ ਅਸਰਦਾਇਕ ਹੈ ਅਤੇ ਸੌਖਾ ਵੀ ਹੈ। ਇਸ ਦੇ ਲਈ ਹਰੇਕ ਸੁਰੱਖਿਆ ਕਰਮਚਾਰੀ ਨੂੰ ਇਲੈਕਟ੍ਰੋਨਿਕ ਡਿਵਾਈਸਿਸ ਚਲਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਜਿਸ ਨਾਲ ਉਸ ਨੂੰ ਦਰਸ਼ਕ ਪ੍ਰਬੰਧਨ ਕਰਨ ਦੇ ਵਿੱਚ ਮਦਦ ਮਿਲਦੀ ਹੈ। ਵਿਜ਼ਟਰ ਪ੍ਰਬੰਧਨ ਦੀ ਜ਼ਰੂਰਤ ਕਿਉਂ ਹੁੰਦੀ ਹੈ? ਜਿਵੇਂ ਕਿ ਆਪ ਨੂੰ ਸਭ ਨੂੰ ਪਤਾ ਹੈ ਕਿ ਅਦਾਰੇ ਦੇ ਵਿੱਚ ਸਥਾਈ ਕਰਮਚਾਰੀਆਂ ਦੀ ਜਾਣਕਾਰੀ ਦਰਜ ਰੱਖਦੇ ਹਨ, ਜੋ ਉੱਥੇ ਕੰਮ ਕਰਦਾ ਹੈ ਉਹਨਾਂ ਬਾਰੇ ਸੁਰੱਖਿਆ ਕਰਮਚਾਰੀ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਕਿ ਉਹ ਉਸਦਾ ਨਾਮ, ਪਤਾ ਅਤੇ ਉਸਦੀ ਡੈਜੀਗਨੇਸ਼ਨ ਕੀ ਹੈ, ਉਹ ਦਫ਼ਤਰ ਦੇ ਵਿੱਚ ਕੀ ਕੰਮ ਕਰਨ ਆਉਂਦਾ ਹੈ, ਉਹ ਸਾਰਾ ਵੇਰਵਾ ਨਿੱਜੀ ਸੁਰੱਖਿਆ ਅਧਿਕਾਰੀ ਦੇ ਕੋਲ ਹੁੰਦਾ ਹੈ। ਅਤੇ ਅਸਥਾਈ ਕਰਮਚਾਰੀ ਦੇ ਸੰਬੰਧ ਵਿੱਚ ਥੋੜ੍ਹਾ ਘੱਟ ਜ਼ੋਰ ਦਿੱਤਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਦਫ਼ਤਰ ਦੇ ਵਿੱਚ ਬਹੁਤ ਘੱਟ ਆਉਣਾ ਹੁੰਦਾ ਹੈ, ਤਾਂ ਜੋ ਉਹਨਾਂ ਦੀ ਜਾਣਕਾਰੀ ਦੀ ਆਪਾਂ ਨੂੰ ਲੋੜ ਬਹੁਤ ਘੱਟ ਹੀ ਪੈਂਦੀ ਹੈ। ਹੁਣ ਆਪਾਂ ਇੱਕ ਚਾਰਟ ਦੇ ਨਾਲ ਜਾਣਦੇ ਹਾਂ ਕਿ ਵਿਜ਼ਟਰ ਪ੍ਰਬੰਧਕ ਕਰਨ ਦੀਆਂ ਜ਼ਰੂਰਤਾਂ ਕਿਉਂ ਹੁੰਦੀਆਂ ਹਨ। ਇਹ ਆਪਾਂ ਜਾਣਾਂਗੇ ਕਿ ਉਸਦੇ ਵਿਅਕਤੀਆਂ ਦੀ ਕਿਸਮ ਕਿਵੇਂ ਕਿਵੇਂ ਦੀ ਹੈ। ਦੇਖੋ, ਵਿਅਕਤੀ ਦੀ ਕਿਸਮ ਤਿੰਨ ਪ੍ਰਕਾਰ ਦੀ ਹੁੰਦੀ ਹੈ। ਕਰਮਚਾਰੀ ਜੋ ਸੰਸਥਾ ਦੇ ਵਿੱਚ ਰੋਜ਼ ਆਉਂਦੇ ਹਨ, ਅਸਥਾਈ ਕਰਮਚਾਰੀ ਜੋ ਸੰਸਥਾ ਦੇ ਵਿੱਚ ਕਦੇ ਕਦੇ ਆਉਂਦੇ ਹਨ, ਅਤੇ ਦਰਸ਼ਕ ਜੋ ਸੰਸਥਾ ਦੇ ਵਿੱਚ ਲਗਭਗ ਇੱਕ ਜਾਂ ਦੋ ਵਾਰੀ ਹੀ ਆਉਂਦੇ ਹਨ ਜਾਂ ਉਹ ਮੁੜ ਕੇ ਕਦੇ ਨਾ ਆਉਣ। ਸੁਰੱਖਿਆ ਪੱਖੋਂ ਵਿਅਕਤੀਆਂ ਦੀ ਜਾਣਕਾਰੀ, ਦੇਖੋ ਜੋ ਕਰਮਚਾਰੀ ਹੁੰਦੇ ਹਨ ਉਹਨਾਂ ਦਾ ਸਾਰਾ ਵੇਰਵਾ ਸੁਰੱਖਿਆ ਕਰਮਚਾਰੀ ਦੇ ਕੋਲ ਹੁੰਦਾ ਹੈ। ਜੋ ਅਸਥਾਈ ਕਰਮਚਾਰੀ ਜਿਵੇਂ ਕਿ ਜੋ ਠੇਕੇ 'ਤੇ ਕੰਮ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਸੂਚਨਾਵਾਂ ਵੀ ਕਰਮਚਾਰੀ ਕੋਲ ਹੁੰਦੀ ਹੈ। ਜੋ ਦਰਸ਼ਕ ਸੰਸਥਾ ਦੇ ਵਿੱਚ ਆਉਂਦੇ ਹਨ, ਉਹਨਾਂ ਦੀ ਲਗਭਗ ਕੋਈ ਜਾਣਕਾਰੀ ਨਹੀਂ ਜਾਂ ਬਹੁਤ ਹੀ ਘੱਟ ਜਾਣਕਾਰੀ ਸੁਰੱਖਿਆ ਕਰਮਚਾਰੀ ਦੇ ਕੋਲ ਹੁੰਦੀ ਹੈ। ਅੱਗੇ ਅਦਾਰੇ ਵਿੱਚ ਰਹਿਣ ਦਾ ਸਮਾਂ, ਇਹ ਉਹਨਾਂ ਦੀ ਜੋ ਕਰਮਚਾਰੀ ਹੁੰਦੇ ਹਨ ਉਹਨਾਂ ਦਾ ਵੇਰਵਾ ਨਿੱਜੀ ਸੁਰੱਖਿਆ ਅਧਿਕਾਰੀ ਦੇ ਕੋਲ ਹੁੰਦਾ ਹੈ ਕਿ ਉਹ ਰੋਜ਼ ਹੀ ਇੱਥੇ ਕੰਮ ਕਰਨ ਆਉਂਦੇ ਹਨ। ਅਸਥਾਈ ਕਰਮਚਾਰੀ ਅਦਾਰੇ ਦੇ ਵਿੱਚ ਕੁਛ ਹਫ਼ਤੇ ਜਾਂ ਕੁਛ ਮਹੀਨਿਆਂ ਦੇ ਲਈ ਹੀ ਆਉਂਦੇ ਹੁੰਦੇ ਹਨ। ਹੁਣ ਆਪਾਂ ਗੱਲ ਕਰਦੇ ਹਾਂ ਦਰਸ਼ਕਾਂ ਬਾਰੇ। ਦਰਸ਼ਕਾਂ ਦਾ ਸੰਸਥਾ ਦੇ ਵਿੱਚ ਰੁਕਣ ਦਾ ਸਮਾਂ ਬਹੁਤ ਹੀ ਘੱਟ ਹੁੰਦਾ ਹੈ, ਆਪਾਂ ਇਸ ਨੂੰ ਕੁਝ ਘੰਟੇ ਜਾਂ ਕੁਝ ਮਿੰਟਾਂ ਦੀ ਗੱਲ ਵੀ ਕਰ ਸਕਦੇ ਹਾਂ। ਸੁਰੱਖਿਆ ਸੰਬੰਧੀ ਖਤਰਿਆਂ ਦੀ ਸੰਭਾਵਨਾ, ਜੋ ਕਰਮਚਾਰੀ ਰੋਜ਼ ਦਫ਼ਤਰ ਦੇ ਵਿੱਚ ਕੰਮ ਕਰਨ ਆਉਂਦੇ ਹਨ, ਆਪਾਂ ਨੂੰ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਘੱਟ ਖਤਰਾ ਹੁੰਦਾ ਹੈ। ਜੋ ਅਸਥਾਈ ਕਰਮਚਾਰੀ ਅਦਾਰੇ ਦੇ ਵਿੱਚ ਆਉਂਦੇ ਹਨ, ਉਹਨਾਂ ਤੋਂ ਆਪਾਂ ਨੂੰ ਖਤਰੇ ਦੀ ਆਸ਼ੰਕਾ ਦਰਮਿਆਨੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਉੱਥੇ ਕੰਮ ਕਰਨ ਆਉਣਾ ਹੈ ਅਤੇ ਆਪਣਾ ਉਹਨਾਂ ਕੋਲ ਵੇਰਵਾ ਵੀ ਹੁੰਦਾ ਹੈ। ਦਰਸ਼ਕ, ਇਹਨਾਂ ਤੋਂ ਸੰਸਥਾ ਨੂੰ ਬਹੁਤ ਹੀ ਜ਼ਿਆਦਾ ਖਤਰਾ ਹੁੰਦਾ ਹੈ ਅਤੇ ਸੰਸਥਾ ਦੇ ਕੋਲ ਇਸ ਦਾ ਵੇਰਵਾ ਵੀ, ਇਸਦੀ ਜਾਣਕਾਰੀ ਵੀ ਬਹੁਤ ਹੀ ਘੱਟ ਹੁੰਦੀ ਹੈ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਗੱਡੀਆਂ ਅਤੇ ਵਿਅਕਤੀਆਂ ਦੀ ਅਗਵਾਈ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਕ ਸੰਸਥਾ ਦੇ ਵਿੱਚ ਬਹੁਤ ਹੀ ਕਰਮਚਾਰੀ ਜਾਂ ਬਹੁਤ ਹੀ ਦਰਸ਼ਕ ਗੱਡੀਆਂ ਦੇ ਵਿੱਚ ਆਉਂਦੇ ਹਨ, ਉਹਨਾਂ ਨੂੰ ਕਿਸੇ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਲਈ ਸੁਰੱਖਿਆ ਕਰਮਚਾਰੀ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਹਨ ਕਿ ਉਸਦਾ ਧਿਆਨ ਰੱਖਿਆ ਜਾਵੇ ਅਤੇ ਦਰਸ਼ਕਾਂ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ। ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਪਾਰਕਿੰਗ ਸੰਬੰਧੀ ਹਦਾਇਤਾਂ ਜਾਂ ਇੰਤਜ਼ਾਰ ਬਾਰੇ ਸਭ ਕੁਝ ਸਪੱਸ਼ਟ ਹੋਵੇ।
कि कोई रुकावट ना पैदा होवे अते गड्डियां दा जाम ना लगे। यह सब कुछ सुरक्षा कर्मचारी निश्चित करता है अते यह ध्यान रखता है। सुरक्षा कर्मचारी नूं पार्किंग दे सारे हालातां जां वेरवियां दी पूरी पूरी जानकारी होनी चाहिए है कि पार्किंग विच गड्डियां खड़े करन जोगी जगह काफ़ी है भी जां नहीं भी है। जे कुछ हालात वो बदल जाते हैं तो उसनू कई बारी बदलवी पार्किंग का भी प्रबंध करना पै सकता है। इसलिए उसनू पूरा तैयार बर तैयार रहना चाहिए है। सारिया ही गड्डिया के अंदर आने और बाहर जाने संबंधी समय समय का पूरा रिकॉर्ड रखा जाना चाहिए है। मेहमाना और उन्होंने ड्राइवर वालों की जाने वाली गतिविधियों की भी निगरानी रखनी चाहिए है कि वह पार्किंग कितना टाइम लिए रहते हैं, कि वह पार्किंग की कारण आए हैं, क्योंकि पार्किंग सुन्नी होंदी है अते उस ते चोरियां दियां घटनावां भी बहुत ज़्यादा होंदियां हन अते होर वारदातां होण दा भी डर रहिंदा है। इसलिए पार्किंग विच सुरक्षा कर्मचारी दियां ड्यूटियां बहुत ही महत्वपूर्ण होंदियां हन अते बहुत ही ध्यान योग होंदियां हन। संस्था दे विच अलग अलग प्रकार दे विजिटर आउंदे हन अते सुरक्षा कर्मचारी दियां विजिटरां प्रति दिखाई जाण वाली हमदर्दी भी अलग अलग होंदी है अते उन्हां दे सुभा दे अनुसार होंदी है। जिवें आपां हुण गल करदे हाँ, पेशावर वर्ताओ हमेशा खतरे तो बचाउण विच मदद करन वाला होंदा है। आपां सब जाणदे हाँ कि पेशेवर वर्ताओ मौके ते हंगामे अते गड़बड़ तो बचाउण दे लई भी बहुत ही कारगर साबित होंदा है। अगे आपां गल करदे हाँ किसी भी तरह के सवालों का जवाब देने लई कर्मचारी नूं हमेशा तैयार रहना चाहिए है। उत्थे संस्था दे विच आए दर्शक जां कर्मचारी बहुत ही तरह के सवाल पूछते हैं अते उन्हां नूं बनदा सत्कार भी देना चाहिए है अते उस नूं बनदी जानकारी भी सांझी कीती जानी चाहिए है। जो सूचना वह मंगते हैं वह सूचना उन्हां नूं प्रदान कीती जानी चाहिए है। विजिटरां नूं पूरियां हदायतां दित्तियां जाणियां चाहीदियां हन कि उस ने कित्थे अते किवें पहुँचना है। कई बार विजिटरां नूं पता नहीं हुंदा कि उन्हां ने कित्थे अते किवें जाना है। इस दे लई सुरक्षा कर्मचारी दी ड्यूटी हुंदी है कि वह विजिटर नूं आप खुद नाल चल के उस नूं निश्चित जगह ते पहुँचण दे विच मदद करे। किसी कठिनाई नूं देखदे हुए विजिटरां नूं स्वागती कमरे च सूचित करना चाहीदा है कि वह सुरक्षा स्टाफ दे नाल संपर्क करे। जिवें कि कदे किसी विजिटर नूं जां दर्शक नूं कोई प्रॉब्लम जां दिक्कत आ जाती है तां वह सुरक्षा कर्मचारी दे कोल पहुँचे अते सुरक्षा कर्मचारी दी जिम्मेवारी बनती है कि वह दर्शक दियां कठिनाइयां नूं दूर करे। हुण आपां गल करदे हाँ समस्या पैदा करने वाले विजिटर मेहमाना की संभाल किमें की जाती है। संस्था दे विच बहुत ही तरह के विजिटर आते हैं अते उन्हां दा वर्ताव भी अलग अलग होंदा है। कुछ अंसर इदां दे होंदे हन कि वह माहौल खराब करने की कोशिश करते हैं तो उन्होंने संभालण दे विच सुरक्षा अधिकारी नूं बहुत दिक्कतों का सामना करना पैंदा है। कई हालातों के सुरक्षा अधिकारी नूं सख्ती दे नाल पेश आना चाहिए है। दर्शक नूं दसना भी उसका सुभा बर्दाश्त योग नहीं है, उसने कानून तोड़े हैं अते उसनूं कानून तोड़न की कोई आग्या नहीं है। इस दे लई सुरक्षा अधिकारी उसनूं रोक सकता है अते उस दे नाल सख्ती नाल भी पेश आ सकता है। अफसर नूं दोवें पक्षां नूं सुनना चाहिए है अते दर्शक नूं एक बार अपना पक्ष रखण दा मौका देना चाहिए है। कई बार अजिहे हालात बन जाते हैं कि दो तरह के गड़बड़ हो जाती है अते लड़ाई हो जाती है। इस दे विच सुरक्षा अधिकारी नूं दोवें पक्षां नूं सुनन दा मौका देना चाहिए है अते सुन के उसका कोई ढुकमा हल करना चाहिए है। इस दौरान सुरक्षा अधिकारी नूं बहुत ही शांत रहना चाहिए है अते किसी एक की हमायत नहीं करनी चाहिए। हुण आपां गल करते हाँ सुरक्षा निगरानी अते सुरक्षा प्रबंध। अज कल दे जमाने विच विज्ञान ने बहुत ही ज़्यादा तरक्की कर ली है अते इस दी मदद सुरक्षा कर्मचारियों दे लई भी हो रही है। सुरक्षा कर्मचारियों दी निगरानी वाला एरिया वड्डा हो गया है।
ਜਿਵੇਂ ਕਿ ਕੈਮਰੇ ਅਤੇ ਸੈਂਸਰਾਂ ਦੀ ਮਦਦ ਦੇ ਨਾਲ ਨਿਗਰਾਨੀ ਕੀਤੀ ਜਾਂਦੀ ਹੈ। ਇਸ ਦੇ ਨਾਲ ਸੁਰੱਖਿਆ ਅਧਿਕਾਰੀਆਂ ਦਾ ਕੰਮ ਹੋਰ ਵੀ ਆਸਾਨ ਹੋ ਗਿਆ ਹੈ। ਇਸ ਦੇ ਨਾਲ ਅਧਿਕਾਰੀ ਨੂੰ ਫੀਲਡ ਦੇ ਵਿੱਚ ਜਾਣ ਦੀ ਲੋੜ ਵੀ ਨਹੀਂ ਪੈਂਦੀ ਅਤੇ ਫੀਲਡ ਵਿੱਚ ਜਾਏ ਤੋਂ ਬਿਨਾਂ ਹੀ ਨਿਗਰਾਨੀ ਰੱਖੀ ਜਾ ਸਕਦੀ ਹੈ। ਸੌਖੇ ਸ਼ਬਦਾਂ ਦੇ ਵਿੱਚ ਆਪਾਂ ਇਸ ਨੂੰ ਸਥਿਰ ਗਸ਼ਤ ਵੀ ਕਹਿ ਦਿੰਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਨਿਗਰਾਨੀ ਬਾਰੇ। ਨਿਗਰਾਨੀ ਕੀ ਹੁੰਦੀ ਹੈ? ਕੁਝ ਸਮੇਂ ਤੱਕ ਦੀ ਕੀਤੀ ਗਈ ਗਤੀਵਿਧੀਆਂ ਦੀ ਜਾਂਚ ਪੜਤਾਲ, ਵੀ ਉੱਥੇ ਕੀ ਹੋਇਆ, ਕੀ ਘਟਨਾਵਾਂ ਵਾਪਰੀਆਂ ਅਤੇ ਉਹ ਸਾਰੀ ਚੀਜ਼ਾਂ ਦਾ ਰਿਕਾਰਡ ਰੱਖਣਾ। ਨਿਗਰਾਨੀ ਦੇ ਵਿੱਚ ਇੱਕ ਹੋਰ ਵੀ ਚੀਜ਼ ਆਉਂਦੀ ਹੈ, ਗਲਤ ਕੰਮ ਕਰਨ ਤੋਂ ਸਾਵਧਾਨ ਕਰਨਾ। ਨਿਗਰਾਨੀ ਦੌਰਾਨ ਸੁਰੱਖਿਆ ਅਧਿਕਾਰੀ ਦੇਖਦਾ ਹੈ ਵੀ ਅਗਰ ਕੋਈ ਗਲਤ ਕੰਮ ਹੁੰਦਾ ਹੈ ਤਾਂ ਉਸ ਦੇ ਉੱਪਰ ਨਿਗਾਹ ਰੱਖਣਾ ਅਤੇ ਉਸਨੂੰ ਰੋਕਣਾ। ਤਫਤੀਸ਼ 'ਤੇ ਧਿਆਨ ਕੇਂਦਰਿਤ ਕਰਨਾ। ਨਿਗਰਾਨੀ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਤਫਤੀਸ਼ ਦੇ ਦੌਰਾਨ। ਜਦੋਂ ਕੋਈ ਅਧਿਕਾਰੀ ਤਫਤੀਸ਼ ਕਰਦਾ ਹੈ ਤਾਂ ਉਸਦਾ ਸਾਰਾ ਹੀ ਧਿਆਨ ਤਫਤੀਸ਼ ਕਰਨ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ ਅਤੇ ਉਹ ਸਾਰੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਵਿਸਤਾਰ ਸਹਿਤ ਸੂਚਨਾ ਪ੍ਰਾਪਤ ਕਰਨਾ। ਨਿਗਰਾਨੀ ਕਰਨ ਦੌਰਾਨ ਕਦੇ ਵੀ ਆਪਾਂ ਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਸੁਰੱਖਿਆ ਅਧਿਕਾਰੀ ਵਿਸਥਾਰ ਨਾਲ ਸਾਰੀ ਜਾਣਕਾਰੀ ਨੂੰ ਇਕੱਠਾ ਕਰਦਾ ਹੈ ਅਤੇ ਉਸ ਨੂੰ ਨੋਟ ਕਰਦਾ ਹੈ ਅਤੇ ਰਿਪੋਰਟ ਬਣਾਉਂਦਾ ਹੈ। ਨਿਗਰਾਨੀ ਕਰਨ ਦੀਆਂ ਵੱਖ ਵੱਖ ਕਿਸਮਾਂ ਹੁੰਦੀਆਂ ਹਨ, ਜਿਸ ਦੀ ਮਦਦ ਦੇ ਨਾਲ ਆਪਾਂ ਵੱਖ ਵੱਖ ਸੂਚਨਾ ਪ੍ਰਾਪਤ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਰੀਰਕ ਨਿਗਰਾਨੀ। ਇਸ ਵਿੱਚ ਸੁਰੱਖਿਆ ਕਰਮਚਾਰੀ ਅਲੱਗ ਅਲੱਗ ਦਿਸ਼ਾਵਾਂ ਜਾਂ ਅਲੱਗ ਅਲੱਗ ਜਗ੍ਹਾਵਾਂ ਤੋਂ ਨਿਗਰਾਨੀ ਕਰਦਾ ਹੈ, ਜਿਵੇਂ ਕਿ ਇੱਕ ਇਮਾਰਤ ਦੀ ਛੱਤ ਦੇ ਉੱਪਰ ਚੜ੍ਹ ਕੇ ਨਿਗਰਾਨੀ ਕਰਨਾ, ਦੂਰ ਦੂਰ ਤੱਕ ਨਜ਼ਰਸਾਨੀ ਕਰਨਾ, ਜਾਂ ਖਿੜਕੀ ਜਾਂ ਦਰਵਾਜ਼ੇ ਦੇ ਵਿੱਚੋਂ ਦੇਖ ਕੇ ਨਿਗਾਹਦਾਰੀ ਕਰਨੀ। ਇਹ ਤਰੀਕਾ ਨੇੜੇ ਦੀ ਨਿਗਰਾਨੀ ਕਰਨ ਲਈ ਬਹੁਤ ਹੀ ਕਾਰਗਰ ਸਾਬਤ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਗਤੀਸ਼ੀਲ ਨਿਗਰਾਨੀ ਬਾਰੇ। ਗਤੀਸ਼ੀਲ ਨਿਗਰਾਨੀ ਦੇ ਵਿੱਚ ਕਿਸੇ ਸ਼ੱਕੀ ਵਿਅਕਤੀ ਜਾਂ ਕਿਸੇ ਵਿਸ਼ੇਸ਼ ਸਥਾਨ 'ਤੇ ਕੀਤੀ ਜਾਂਦੀ ਹੈ, ਕਿਉਂਕਿ ਇਸ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਫੋਲੋ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਚ ਕੇ ਉਸ ਦੇ ਧਿਆਨ ਵਿੱਚ ਆਏ ਬਿਨਾਂ ਆਪਾਂ ਉਸ ਨੂੰ ਕਵਰ ਕਰਨਾ ਹੁੰਦਾ ਹੈ। ਇਹ ਅਲੱਗ ਅਲੱਗ ਪ੍ਰਕਾਰ ਦੇ ਵਿੱਚ ਹੋ ਸਕਦੀ ਹੈ, ਜਾਂ ਤਾਂ ਇਹ ਤੁਰ ਕੇ ਹੋ ਸਕਦੀ ਹੈ, ਪੈਦਲ, ਜਾਂ ਇਹ ਗੱਡੀ ਵਿੱਚ ਵੀ ਹੋ ਸਕਦੀ ਹੈ। ਇਹ ਪ੍ਰਭਾਵਸ਼ਾਲੀ ਰੂਪ ਵਿੱਚ ਹੋਣੀ ਚਾਹੀਦੀ ਹੈ, ਜਿਸ ਵਿੱਚ ਅਪਰਾਧ ਕਰਦੇ ਹੋਏ ਅਪਰਾਧੀਆਂ ਨੂੰ ਪਕੜਨਾ ਹੁੰਦਾ ਹੈ ਅਤੇ ਉਹਨਾਂ 'ਤੇ ਨਿਗਰਾਨੀ ਕਰਨੀ ਹੁੰਦੀ ਹੈ। ਦੇਖਣ ਵਾਲੀ ਬਿਜਲਈ ਨਿਗਰਾਨੀ। ਇਸ ਵਿੱਚ ਆਧੁਨਿਕ ਤਕਨੀਕ ਦੀ ਮਦਦ ਦੇ ਨਾਲ ਨਿਗਰਾਨੀ ਕੀਤੀ ਜਾਂਦੀ ਹੈ, ਜਿਵੇਂ ਕਿ CCTV ਕੈਮਰੇ, ਸੈਂਸਰ ਆਦਿ ਦੀ ਮਦਦ ਦੇ ਨਾਲ ਲੋਕਾਂ 'ਤੇ ਨਿਗਰਾਨੀ ਰੱਖੀ ਜਾਂਦੀ ਹੈ। ਇਹ ਬਹੁਤ ਹੀ ਆਧੁਨਿਕ ਤਰੀਕਾ ਹੈ, ਜਿਸ ਦੀ ਮਦਦ ਨਾਲ ਬਹੁਤ ਹੀ ਵੱਡੇ ਏਰੀਏ ਦੇ ਵਿੱਚ ਨਿਗਰਾਨੀ ਰੱਖੀ ਜਾਂਦੀ ਹੈ ਅਤੇ ਇਸ ਵਿੱਚ ਕਰਮਚਾਰੀ ਨੂੰ ਬਾਹਰ ਗਸ਼ਤ 'ਤੇ ਜਾਣ ਦੀ ਵੀ ਲੋੜ ਨਹੀਂ ਪੈਂਦੀ। ਆਪਾਂ ਇਸ ਨੂੰ ਸਥਿਰ ਨਿਗਰਾਨੀ ਵੀ ਕਹਿ ਸਕਦੇ ਹਾਂ। ਸੁਣੀ ਜਾਣ ਵਾਲੀ ਨਿਗਰਾਨੀ। ਇਸ ਵਿੱਚ ਕਰਮਚਾਰੀ ਇਲੈਕਟ੍ਰੋਨਿਕ ਡਿਵਾਈਸਾਂ ਦੀ ਮਦਦ ਦੇ ਨਾਲ ਜਾਣਕਾਰੀ ਨੂੰ ਰਿਕਾਰਡ ਕਰਦੇ ਹਨ। ਇਹ ਬਹੁਤ ਹੀ ਨਾਜ਼ੁਕ ਮਾਮਲਾ ਹੁੰਦਾ ਹੈ, ਕਿਉਂਕਿ ਕੁਝ ਸਰਕਾਰੀ ਸੰਸਥਾਵਾਂ ਨੂੰ ਹੀ ਆਡੀਓ ਰਿਕਾਰਡ ਕਰਨ ਦੀ ਪਰਮਿਸ਼ਨ ਹੁੰਦੀ ਹੈ। ਇਸ ਲਈ ਕਿਸੇ ਦੀ ਵੀ ਆਡੀਓ ਰਿਕਾਰਡ ਕਰਨ ਤੋਂ ਪਹਿਲਾਂ ਮਨਜ਼ੂਰੀ ਲੈਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ, ਤਾਂ ਜੋ ਆਪਾਂ ਨੂੰ ਅੱਗੇ ਜਾ ਕੇ ਕਿਸੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ। ਨਿੱਜੀ ਸੁਰੱਖਿਆ ਏਜੰਸੀਆਂ ਅਜਿਹੇ ਬਿਲਕੁਲ ਨਹੀਂ ਕਰ ਸਕਦੀਆਂ, ਕਿਉਂਕਿ ਉਹ ਸਰਕਾਰੀ ਨਹੀਂ ਹੁੰਦੀਆਂ। ਇਹਨਾਂ ਦਾ ਹੱਕ ਸਿਰਫ ਇਕੱਲਾ ਸਰਕਾਰੀ ਸੰਸਥਾਵਾਂ ਨੂੰ ਹੀ ਹੁੰਦਾ ਹੈ। ਸੰਪਰਕ ਨਿਗਰਾਨੀ। ਇਹ ਨਿਗਰਾਨੀ ਬਹੁਤ ਹੀ ਲਾਭਦਾਇਕ ਹੁੰਦੀ ਹੈ ਜਿੱਥੇ ਆਪਾਂ ਦੇਖ ਕੇ ਨਿਗਰਾਨੀ ਨਹੀਂ ਕਰ ਸਕਦੇ, ਜਿਵੇਂ ਕਿ ਕੁਝ ਸੰਸਥਾਵਾਂ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਜਾਂ ਹੋਰ ਕਈ ਦੁਰਘਟਨਾਵਾਂ ਹੁੰਦੀਆਂ ਹਨ। ਉਸੇ ਇਹ ਸੰਪਰਕ ਨਿਗਰਾਨੀ ਬਹੁਤ ਹੀ ਕਾਰਗਰ ਸਾਬਤ ਹੁੰਦੀ ਹੈ, ਜਿਵੇਂ ਕਿ ਬੇਈਮਾਨ ਕਰਮਚਾਰੀਆਂ ਦੇ ਹੋਣ ਕਰਕੇ ਅਤੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਵਿੱਚ ਹੇਰਾਫੇਰੀ ਹੋਣਾ ਇੱਕ ਆਮ ਜਿਹੀ ਗੱਲ ਹੈ। ਅਜਿਹੀ ਲੱਭਣਯੋਗ ਵਿਧੀਆਂ ਵਿੱਚ ਆਮ ਤੌਰ 'ਤੇ ਅਲਟਰਾ ਵਾਇਲੈਂਟ ਬੈਂਗਣੀ ਵਿਕਣਾਂ ਦੇ ਘੇਰੇ ਵਿੱਚ ਆਉਂਦੀਆਂ ਹਨ,
ਜੋ ਸਿਰਫ ਅਲਟਰਾ ਵਾਇਲੈਂਟ ਪ੍ਰਕਾਸ਼ ਵਿੱਚ ਹੀ ਦਿਖਾਈ ਦਿੰਦੀਆਂ ਹਨ। ਇਹ ਇੱਕ ਬਹੁਤ ਹੀ ਕਾਰਗਰ ਤਰੀਕਾ ਹੈ ਕਿਸੇ ਬੇਈਮਾਨ ਵਿਅਕਤੀ ਨੂੰ ਫੜਨਾ, ਰੰਗੇ ਹੱਥੀ ਫੜਨਾ। ਸੰਪਰਕ ਨੂੰ ਮਨਾ ਕਰਨਾ ਬਹੁਤ ਹੀ ਕਠਿਨ ਹੈ। ਇਸ ਦੇ ਲਈ ਇਹ ਇੱਕ ਬਹੁਤ ਹੀ ਕਾਰਗਰ ਤਕਨੀਕ ਹੈ ਕਿਸੇ ਵਿਅਕਤੀ ਨੂੰ ਰੰਗੇ ਹੱਥੀ ਫੜਨ ਦੇ ਲਈ। ਇਹ ਸਨ ਕੁਝ ਨਿਗਰਾਨੀ ਦੀਆਂ ਕਿਸਮਾਂ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਇਹਨਾਂ ਨਿਗਰਾਨੀ ਦੀ ਮਦਦ ਦੇ ਨਾਲ ਆਪਾਂ ਕਿਵੇਂ ਡਾਟੇ ਨੂੰ ਰਿਕਾਰਡ ਕਰ ਸਕਦੇ ਹਾਂ ਅਤੇ ਇਸ ਡਾਟੇ ਦੀ ਕਿਵੇਂ ਮਦਦ ਕਰ ਸਕਦੇ ਹਾਂ। ਰਿਕਾਰਡ ਤਿਆਰ ਕਰਨਾ ਅਤੇ ਡਾਟੇ ਦੀ ਵਰਤੋਂ, ਜਿਵੇਂ ਕਿ ਸੁਰੱਖਿਆ ਕਰਮਚਾਰੀ ਨਿਗਰਾਨੀ ਰੱਖਦਾ ਹੈ, ਉਹ ਨਿਗਰਾਨੀ ਦੇ ਨਾਲ ਸਾਰੀਆਂ ਘਟਨਾਵਾਂ ਦੀ ਰਿਕਾਰਡਿੰਗ ਕਰਦਾ ਹੈ। ਉਹ ਰਿਕਾਰਡਿੰਗ ਕਿਸੇ ਵੀ ਕਿਸਮ ਦੇ ਵਿੱਚ ਹੋ ਸਕਦੀ ਹੈ, ਜਿਵੇਂ ਕਿ ਵੀਡੀਓਗ੍ਰਾਫੀ ਦੀ ਰਿਕਾਰਡਿੰਗ ਦੇ ਵਿੱਚ ਜਾਂ ਆਡੀਓ ਰਿਕਾਰਡਿੰਗ ਦੇ ਵਿੱਚ। ਇਸ ਦੇ ਲਈ ਇਹ ਰਿਕਾਰਡਿੰਗ ਬਹੁਤ ਹੀ ਸੰਜੀਦੇ ਤਰੀਕੇ ਦੇ ਨਾਲ ਸੰਭਾਲ ਕੇ ਰੱਖੀ ਜਾਂਦੀ ਹੈ ਤਾਂ ਜੋ ਅੱਗੇ ਇਹ ਕੰਮ ਆ ਸਕੇ ਅਤੇ ਅਪਰਾਧੀ ਨੂੰ ਫੜਨ ਦੇ ਲਈ ਵੀ ਬਹੁਤ ਕਾਰਗਰ ਸਾਬਤ ਹੁੰਦੀ ਹੈ। ਡਾਟੇ ਨੂੰ ਸੰਭਾਲ ਕੇ ਰੱਖਣਾ, ਡਾਟੇ ਨੂੰ ਸੰਭਾਲਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਸੂਚਨਾਵਾਂ ਜੋ ਇਕੱਠੀਆਂ ਕਰਕੇ ਰੱਖੀਆਂ ਹੁੰਦੀਆਂ ਹਨ ਇਹ ਅੱਗੇ ਜਾ ਕੇ ਬਹੁਤ ਹੀ ਮਦਦ ਅਤੇ ਕਾਰਗਰ ਸਾਬਤ ਹੁੰਦੀਆਂ ਹਨ ਕਿਸੇ ਅਪਰਾਧੀ ਨੂੰ ਫੜਨ ਦੇ ਲਈ। ਤਾਂ ਕਰਕੇ ਇਹ ਡਾਟੇ ਨੂੰ ਸੰਭਾਲਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਪਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਲੈਕਟ੍ਰੋਨਿਕ ਡਿਵਾਈਸਿਸ ਦੀ ਮਦਦ ਦੇ ਨਾਲ ਇਹ ਡਾਟੇ ਨੂੰ ਸੰਭਾਲਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ, ਕਿਉਂਕਿ ਇਹ ਸਾਰਾ ਡਾਟਾ ਇੱਕ ਕੰਪਿਊਟਰ ਦੇ ਇੱਕ ਫੋਲਡਰ ਦੇ ਵਿੱਚ ਸੇਵ ਕਰਕੇ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਰੱਖ ਸਕਦੇ ਹਾਂ। ਨਿਗਰਾਨੀ ਦੌਰਾਨ ਅਣਚਾਹੀ ਘਟਨਾ ਵਾਪਰ ਜਾਣਾ ਅਤੇ ਉਠਾਈ ਜਾਣ ਵਾਲੇ ਕਦਮ। ਕਿਸੇ ਵੀ ਸੰਸਥਾ ਦੇ ਵਿੱਚ ਬਹੁਤ ਹੀ ਅਣਚਾਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਅਤੇ ਉਹਨਾਂ ਸਾਰੀਆਂ 'ਤੇ ਨਿਗਰਾਨੀ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਸ਼ੱਕੀ ਸਥਾਨ ਜਾਂ ਹਰਕਤ ਨੂੰ ਧਿਆਨ ਨਾਲ ਦੇਖਣਾ ਅਤੇ ਪੂਰੀ ਪੜਤਾਲ ਕਰਨੀ। ਜਦੋਂ ਵੀ ਕੋਈ ਸ਼ੱਕੀ ਵਿਅਕਤੀ ਸੁਰੱਖਿਆ ਅਧਿਕਾਰੀ ਦੇ ਧਿਆਨ ਵਿੱਚ ਆ ਜਾਂਦਾ ਹੈ ਤਾਂ ਉਹ ਉਸਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਦਾ ਹੈ ਅਤੇ ਪੂਰੀ ਪੜਤਾਲ ਕਰਦਾ ਹੈ। ਉਹ ਕਿਹੜੇ ਕਿਹੜੇ ਕਦਮ ਉਠਾਉਣੇ ਹਨ ਇਸ ਬਾਰੇ ਵੀ ਸੋਚਦਾ ਹੈ। ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿ ਉਹ ਸੁਰੱਖਿਆ ਅਧਿਕਾਰੀ ਨੂੰ ਸਾਰੀ ਜਾਣਕਾਰੀ ਕੰਟਰੋਲ ਰੂਮ ਵਿੱਚ ਦੇਣੀ ਚਾਹੀਦੀ ਹੈ ਤਾਂ ਜੋ ਆਪਸੀ ਤਾਲਮੇਲ ਦੇ ਨਾਲ ਅਪਰਾਧੀ ਨੂੰ ਜਲਦੀ ਤੋਂ ਜਲਦੀ ਕੰਟਰੋਲ ਵਿੱਚ ਕੀਤਾ ਜਾਵੇ। ਅਪਰਾਧੀਆਂ ਨੂੰ ਰੋਕਣ ਦੇ ਲਈ ਸਿਸਟਮ ਦੇ ਵਿੱਚ ਸਵੈਚਾਲਿਤ ਅਲਾਰਮ ਵੀ ਲਗਾਏ ਜਾ ਸਕਦੇ ਹਨ। ਟੈਕਨੋਲੋਜੀ ਦੀ ਮਦਦ ਦੇ ਨਾਲ ਘੁਸਪੈਠੀਏ ਬਾਰੇ ਜਾਣਕਾਰੀ ਹਾਸਲ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ, ਜਿਵੇਂ ਕਿ ਸੈਂਸਰ ਸਿਸਟਮ ਦੀ ਮਦਦ ਦੇ ਨਾਲ ਘੁਸਪੈਠੀਏ ਦੀ ਜਾਣਕਾਰੀ ਬਾਰੇ ਸੂਚਨਾ ਮਿਲਦੀ ਹੈ। ਅਲਾਰਮ ਵੱਜਣ ਦੇ ਨਾਲ ਸੁਰੱਖਿਆ ਅਧਿਕਾਰੀ ਸੁਚੇਤ ਹੋ ਜਾਂਦਾ ਹੈ ਅਤੇ ਜਲਦੀ ਤੋਂ ਜਲਦੀ ਢੁੱਕਵੇਂ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਥਿਤੀ ਨੂੰ ਕੰਟਰੋਲ ਦੇ ਵਿੱਚ ਲੈ ਲੈਂਦਾ ਹੈ। ਸੁਰੱਖਿਆ ਦੇ ਵਿੱਚ ਬਹੁਤ ਖਾਮੀਆਂ ਹੋ ਸਕਦੀਆਂ ਹਨ, ਜਿਸ ਤੋਂ ਸੁਰੱਖਿਆ ਅਧਿਕਾਰੀ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਘਟਨਾ ਵਾਪਰਨ ਦੇ ਦੌਰਾਨ ਉਹਨਾਂ ਖਾਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਫਿਊਚਰ ਦੇ ਵਿੱਚ ਅਜਿਹੀਆਂ ਘਟਨਾਵਾਂ ਦਾ ਪਰੇਸ਼ਾਨੀ ਨਾ ਹੋਵੇ। ਮੈਂ ਆਸ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਟੌਪਿਕ ਸਮਝ ਆ ਗਏ ਹੋਣਗੇ। ਧੰਨਵਾਦ।